ਹਾਂਜੀ, ਸਤਿ ਸ਼੍ਰੀ ਅਕਾਲ ਜੀ, ਕਿੱਦਾਂ ਹਾਲ? ਅੱਜ ਮੈਂ ਪਿੰਡ ਦੇ ਆਇਆ ਹੈਗਾ ਸੇਵਿਆਂ 'ਚ, ਜਿਹਨੂੰ ਅਸੀਂ ਸੱਚ ਘਰ ਵੀ ਕਹਿੰਦੇ ਹਾਂ, ਕਿਉਂਕਿ ਇਹੀ ਸੱਚਾਈ ਹੈ ਜ਼ਿੰਦਗੀ ਦੇ ਵਿੱਚ। ਬਾਕੀ ਸਭ ਦੁਨੀਆ ਜ਼ਿੰਦਗੀ ਝੂਠ ਹੈ। ਇੱਥੇ ਨਾ ਕੰਮ ਚੱਲ ਰਿਹਾ ਸਾਡੇ ਸੇਵਿਆਂ 'ਚ। ਮੈਂ ਇੱਕ ਹੋਰ ਚੀਜ਼ ਵੀ ਦਿਖਾਊਂਗਾ ਤੁਹਾਨੂੰ। ਇੱਕ ਤਾਂ ਇੱਥੇ ਕੋਈ ਟੂਣਾ ਕਰ ਗਿਆ, ਹੁਣ ਤੁਹਾਨੂੰ ਪਹਿਲਾਂ ਟੂਣਾ ਵੀ ਦਿਖਾਲਦਾ ਹੈ ਅਤੇ ਕੰਮ ਚੱਲਦਾ ਉਹ ਵੀ ਦਿਖਾਉਣਾ ਹੈ। ਆਹ ਪਿਆ ਟੂਣਾ ਇੱਧਰ, ਇਹ ਤੁਹਾਨੂੰ ਇਕੱਲੀ ਇਕੱਲੀ ਚੀਜ਼ ਦਿਖਾਉਣ ਦੇ, ਟੂਣਾ ਵੀ ਕਮਾਲੇ ਕਰਕੇ ਗਿਆ ਕੋਈ ਬੰਦਾ। ਚੌਲ, ਬੇਸਣ, ਲੱਡੂ, ਆਪਾਨ। ਅੱਛਾ, ਹੋਰ ਕਿਆ? ਮੀਟ, ਆਹ ਸ਼ਰਾਬ ਹੈ, ਇਹ ਤਾਂ ਪੂਰੀ ਪੈ ਗਿਆ ਪਾਇਆ ਵਾ, ਇਹਨਾਂ ਚਟਣੀ ਆ। ਚੌਲ, ਮਿਰਚਾਂ, ਗੁਤਨੀ ਗੁੱਤ ਬੰਨਣੇ ਵਾਲਾ ਆ ਹੈਗਾ, ਸ਼ੀਸ਼ਾ ਵੀ ਦਿਖਾ ਦੇ, ਮਹਿੰਦੀ, ਇੱਕ ਸਾਬਣ। ਅੱਛਾ, ਸਾਰਾ ਸਮਾਨ ਲਿਆਂਦਾ ਹੈ, ਕੋਈ ਬੰਦਾ ਮਿਸ ਨੀ ਕੀਤਾ ਹੈ ਨਾ। ਕਿਹੜੀ ਚੀਜ਼ ਆ? ਹਨੀ ਹੈਗੀ, ਸ਼ੀਸ਼ਾ ਵੀ ਹੈ, ਨੌ ਪਾਲਛ, ਬਿੰਦੀ, ਸੰਧੂਰ, ਹਿੰਗ। ਹਿੰਗ ਦਾ ਕਿਆ ਮਤਲਬ? ਅੱਛਾ, ਹਿੰਗ, ਲਲੇਰ, ਮਿਰਚਾਂ, ਪਾਨ, ਬਿੰਦੀ, ਬਿੰਦੀ, ਬਾਕੀ ਹੈ ਕੁੱਤੇ ਖਾ ਗਏ, ਲੱਡੂ ਕੁੱਤੇ ਖਾ ਗਏ। ਲੱਡੂ ਕਿੰਨੇ ਰੰਗ ਦੇ ਸੀਗੇ? ਪੀਲੇ ਰੰਗ ਦੇ ਕਿੰਨੇ? ਪੂਰੀ ਤਿਆਰੀ ਨਾ ਆਈ ਤੇ ਆ ਕੰਮ ਚੱਲ ਰਿਹਾ ਆ। ਅੱਛਾ, ਇਹ ਨਰੇਗਾ ਵਾਲੇ ਆ ਵਰਕਰ ਤੇ ਉਹ ਲੱਗੇ ਹੋਏ ਆ ਤੇ ਇੱਧਰ ਟੈਲਾਂ ਲਗਾਉਣ ਲੱਗੇ ਆ ਇੱਥੇ ਸਿਵਿਆਂ ਚ। ਦਰਅਸਲ ਇੱਦਾਂ ਹੁੰਦਾ ਸੀਗਾ, ਜਦੋਂ ਵੀ ਕੋਈ ਅੰਤਮ ਸੰਸਕਾਰ ਕਰਨ ਆਉਂਦੇ ਸੀਗੇ ਤਾਂ ਘਾਹ ਬਹੁਤ ਉੱਗਿਆ ਹੁੰਦਾ ਸੀਗਾ, ਫਿਰ ਉਹ ਪਹਿਲਾਂ ਘਾਹ ਕਟਾਉਣਾ ਪੈਂਦਾ ਸੀ। ਹੁਣ ਇੱਥੇ ਸਾਰੇ ਟਾਈਲਾਂ ਲਗਾ ਦੇਣੀਆਂ ਹੈ। ਆਹ ਕਿਹੜੀ ਟਾਈਲ? ਇਹੋ ਜੈਬਰਾ ਟਾਈਲ, ਜੈਬਰਾ ਬਲੋਕ ਹੈ। ਆਹ ਉਹ ਵੀ ਦਿਖਾਲਦਾ ਮੈਂ ਅਤੇ ਪਿੰਡ ਵਾਲਿਆਂ ਦੇ, ਹੈ ਇੱਥੇ ਰੱਖ ਲਵਾਂ, ਪਿੰਡ ਵਾਲਿਆਂ ਦੇ ਦੇ ਸਹਿਯੋਗ ਦੇ ਨਾਲ ਨਾ ਸਾਰਿਆਂ ਪਿੰਡ ਵਾਲਿਆਂ ਨੇ ਪੈਸੇ ਇਕੱਠੇ ਕਰਕੇ ਅਤੇ ਇਹੋ ਕੰਮ ਸ਼ੁਰੂ ਕੀਤਾ ਆ। ਇੱਕ ਆਹ ਬੈਂਚ ਬਣਾਏ ਆ, ਇਹ ਲੰਬਾ ਬੈਂਚ ਬਣਾਇਆ ਆ, ਕਾਫੀ ਲੰਬਾ, ਬੈਠਣ ਲਈ ਕਿ ਔਖੀ ਨਾ ਹੋਵੇ, ਆਹ ਲੰਬਾ ਦੂਰ ਤੱਕ ਇੱਦਾਂ ਹੀ ਹੈ। ਇੱਕ ਉੱਧਰ ਕਮਰਾ ਵੀ ਬਣਿਆ ਹੋਇਆ ਹੈ ਅਤੇ ਆਹ ਕਮਰਾ ਬਣਾਇਆ ਹੋਇਆ ਅਤੇ ਆਹ ਇਹ ਪਹਿਲਾਂ ਦੇ ਬਣੇ ਹੋਏ ਆ, ਹੁਣ ਦੇ ਨਹੀਂ ਹੈਗੇ। ਅਤੇ ਇਹ ਵੀ ਇੱਥੇ ਵੀ ਬੈਂਚ ਪਹਿਲਾਂ ਲੱਗੇ ਹੋਏ ਆ, ਮੀਂਹ ਕਣੀ ਤੋਂ ਥੋੜ੍ਹਾ ਫਾਇਦਾ ਹੋ ਜਾਂਦਾ ਹੈ ਉਹ। ਅਤੇ ਬੂਟੇ ਇੱਥੇ ਸਾਡੇ ਇਹ ਸੇਵਿਆਂ ਦੇ ਵਿੱਚ ਬੂਟੇ ਜਿਹੜੇ ਦਰੱਖਤ ਹੈ ਬਹੁਤ ਹੈ, ਇਹੋ ਕਾਫੀ ਦੇਰ ਤੋਂ ਇਹੋ ਲਗਾਏ ਹੋਏ ਆ ਅਤੇ ਇਹਦੇ ਨਾਲ ਇੱਦਾਂ ਹੁੰਦਾ ਵੀ ਥੋੜ੍ਹਾ ਛਾਂ ਰਹਿੰਦੀ ਹੈ। ਆਹ ਦੇਖ ਲਓ ਤੁਸੀਂ ਦਰੱਖਤ, ਇੱਧਰ ਵੀ ਉਹ ਜਿਹੜਾ ਹੁਣ ਟੂਣਾ ਦੇਖਿਆ ਉਹਦੇ ਬਾਰੇ ਤੁਹਾਨੂੰ ਗੱਲ ਕਰਦਾ ਹਾਂ, ਉਹ ਤੁਹਾਨੂੰ ਦਿਖਾ ਦਿੱਤਾ ਹੈ ਮੈਂ। ਉਹ ਅਸਲ ਦੇ ਵਿੱਚ ਜਿਹੜੇ ਮਾਨਸਿਕ ਤੌਰ 'ਤੇ ਬਿਮਾਰ ਹੁੰਦੇ ਨਾ ਲੋਕ, ਉਹੀ ਕਰਦੇ ਹੁੰਦੇ ਆ ਅਤੇ ਇਹ ਤਾਂ ਗੱਲ ਹੈ। ਹਾਂਜੀ ਹਾਂਜੀ,
ਠੀਕ ਹੈ। ਇਹ ਟੂਣਾ ਕੰਮ ਕਾਤੇ ਕਰਦੇ ਹੁੰਦੇ ਆ? ਮਾਨਸਿਕ ਤੌਰ ਤੇ ਬਿਮਾਰ ਜਿਹੜੇ ਲੋਕ ਹੁੰਦੇ ਆ ਨਾ, ਉਹ ਜਾਂ ਤਾਂ ਫਿਰ ਆਹੋ ਉਹਨਾਂ ਨੂੰ ਜਿੱਦਾਂ ਕਹੀ ਜਾਂਦੇ ਉਦੇ ਕਰ ਦਿੰਦੇ ਆ। 10,000 ਇਹ ਟਾਈਲ ਲੱਗਣੀ ਹੈ ਇੱਥੇ। ਹਾਂ, 3500 ਸਕੇਅਰ ਫੁੱਟ ਹੈ ਆਹ ਆਹ ਸਾਰੀ ਹਜੇ ਰਹਿੰਦਾ ਹੈ ਅਤੇ ਇੱਥੇ ਸਾਰੇ ਲੱਗਣੀ ਹੈ। ਅੱਛਾ, ਆਹ ਸਾਰੇ ਧੁਰ ਤੱਕ ਲੱਗਣੀ ਆ, ਕੋਈ ਜਗ੍ਹਾ ਛੱਡਣੀ ਨਹੀਂ ਹੈਗੀ। ਹਾਂ, 10,000 ਇੱਟ ਲੱਗਣੀ ਹੈ। ਬਾਕੀ ਹੋਰ ਤੁਹਾਨੂੰ ਮੈਂ ਦੱਸਦਾ ਵੀ ਉਹ ਟੂਣੇ ਵਾਲਾ ਆਹ ਜਿੱਦਾਂ ਹੁਣ ਮੇਰੇ ਪਿੱਛੇ ਹੈ, ਪਹਿਲਾਂ ਕਿੱਥੇ ਪਿਆ ਸੀਗਾ ਜੀ ਇਹ ਟੂਣਾ? ਇੱਥੇ ਪਿਆ ਸੀਗਾ। ਠੀਕ ਹੈ ਠੀਕ ਹੈ। ਅਤੇ ਉਹ ਅਸਲ 'ਚ ਜਿਹੜੇ ਨਾ ਹੁੰਦੇ ਲੋਕ ਕਹਿ ਦਿੰਦੇ ਲੋਕ ਸਮਝ ਲਓ ਮਾਨਸਿਕ ਤੌਰ 'ਤੇ ਬਿਮਾਰ ਜਾਂ ਚੇਲਿਆਂ ਦੇ ਮਗਰ ਲੱਗੇ ਹੁੰਦੇ, ਆਪਣਾ ਦਿਮਾਗ ਹੁੰਦਾ ਨਹੀਂ ਹੈਗਾ, ਅਤੇ ਜਾਂ ਈਰਖਾ ਜੈਲਸ ਇੱਦਾਂ ਦੀਆਂ ਕਈ ਚੀਜ਼ਾਂ ਹੁੰਦੀਆਂ। ਦੂਜੇ ਦਾ ਕਿਸੇ ਦਾ ਕੰਮ ਵੱਧਦਾ ਦੇਖਦੇ, ਕੋਈ ਵਧੀਆ ਕੰਮ ਤੁਹਾਡੇ ਨਾਲ ਦੇ ਗੁਆਂਢੀ ਦਾ ਚੱਲਦਾ ਦੇਖ ਕੇ, ਜਾਂ ਘਰ ਦੇ ਦਾ ਹੀ ਕਿਸੇ ਘਰ ਦੇ ਨੂੰ ਕਹਿ ਵੀ ਉਹਦਾ ਆਹ ਨੁਕਸਾਨ ਹੋ ਜਾਵੇ, ਇੱਦਾਂ ਦੇ ਕੰਮਾਂ ਲਈ ਇਹ ਜਿਹੜੇ ਲੋਕਾਂ ਦੇ ਨਾ ਦਿਮਾਗੀ ਤੌਰ 'ਤੇ ਬਿਮਾਰ ਹੁੰਦੇ ਆ, ਉਹਨਾਂ ਦੇ ਕੰਮ ਹੁੰਦੇ ਆ। ਅਤੇ ਇੱਦਾਂ ਦੇ ਬੰਦਿਆਂ ਤੋਂ ਬਚਣਾ ਚਾਹੀਦਾ, ਜੇ ਤੁਹਾਡੇ ਘਰ 'ਚ ਵੀ ਹੈ ਨਾ ਕੋਈ ਬੰਦਾ ਇੱਦਾਂ ਦਾ, ਤਾਂ ਦੂਰ ਰਹਿਣਾ ਚਾਹੀਦਾ, ਉਹ ਜ਼ਰੂਰ ਨੁਕਸਾਨ ਕਰੂੰਗਾ ਤੁਹਾਡਾ ਕਿਸੇ ਨਾ ਕਿਸੇ ਟਾਈਮ। ਅਤੇ ਹੋਰ ਤਾਂ ਕੁਛ ਨਹੀਂ ਹੁੰਦਾ, ਹੋਰ ਇਹਨਾਂ ਗੱਲਾਂ ਨਾਲ ਹੁੰਦਾ ਤਾਂ ਕੁਛ ਨਹੀਂ ਹੈਗਾ। ਜਿੰਨੇ ਵੀ ਦੁਨੀਆ ਦੇ, ਮੈਂ ਕਹਿੰਦਾ ਦੁਨੀਆ ਦੇ ਜਿੰਨੇ ਵੀ ਧਰਮ ਬਣੇ ਆ ਨਾ, ਉਨੀ ਪਹਿਲਾਂ ਇਸ ਚੀਜ਼ ਦਾ ਖੰਡਨ ਕਰਕੇ ਹੀ ਧਰਮ ਬਣੇ ਆ, ਪਰ ਲੋਕਾਂ ਨੇ ਫਿਰ ਇਹੀ ਚੀਜ਼ਾਂ ਉਹਨਾਂ ਧਰਮਾਂ 'ਚ ਵੜ ਲਈਆਂ। ਔਖਾ ਹੈ ਇਸ ਟਾਈਮ। ਆਹੋ ਦੁਨੀਆ ਹੁਣ ਤੁਸੀਂ ਬਾਹਰਲੇ, ਨਹੀਂ ਸਾਡੇ ਬੰਦੇ ਤਾਂ ਬਾਹਰ ਜਾ ਕੇ ਵੀ ਕਰੀ ਜਾਂਦੇ ਆ, ਸਾਡੇ ਹੀ ਬੰਦੇ ਨਾਲ ਲੈ ਗਏ ਨਾ ਇਹੋ ਚੀਜ਼ਾਂ। ਸਾਡੇ ਬੰਦੇ ਤਾਂ ਇਹੋ ਬੇਵਕੂਫੀਆਂ ਬਾਹਰ ਜਾ ਕੇ ਕੈਨੇਡਾ 'ਚ ਵੀ ਟੂਣੇ ਕਰੀ ਜਾਂਦੇ ਆ। ਇਹਨਾਂ ਦੇ ਦਿਮਾਗਾਂ ਦੇ ਵਿੱਚ ਇੱਦਾਂ ਦਾ ਕੂੜ ਆਹ ਕੂੜਾ ਜਿਹੜਾ ਭਰਿਆ ਹੈ, ਉਹ ਨਿਕਲਣਾ ਮੁਸ਼ਕਿਲ ਹੀ ਹੈ, ਮੁਸ਼ਕਿਲ ਹੀ ਨਿਕਲਦਾ, ਨਾਲੇ ਚੱਲ ਗਿਆ ਸਾਰਾ ਜੋ ਇੱਥੋਂ ਕੂੜਾ ਇਹਨਾਂ ਦੇ ਦਿਮਾਗਾਂ 'ਚ ਹੈ ਨਾ, ਉਹ ਬਾਹਰ ਵੀ ਹੈਗਾ ਆ। ਹਲੇ ਗੋਰੇ ਕਰਦੇ ਆ, ਗੋਰੇ ਵੀ ਕਰਦੇ ਆ ਵਿੱਚ, ਪਰ ਇੰਨਾ ਨਹੀਂ ਜਿੰਨਾ ਸਾਡਾ ਕਰਦੇ ਆ, ਉਹ ਵੀ ਕਰਦੇ ਆ ਇੱਦਾਂ ਦੇ ਕੰਮ, ਪਰ ਉਹੀ ਬੰਦਾ ਕਰਦਾ ਹੁੰਦਾ ਜਿਹੜਾ ਦਿਮਾਗੀ ਤੌਰ 'ਤੇ ਬਿਮਾਰ ਹੁੰਦਾ। ਬਸ ਹੋਰ ਕੁਛ ਨਹੀਂ ਹੈਗਾ। ਇਹੀ ਵੀਡੀਓ ਸੀਗੀ ਮੈਂ ਤੁਹਾਨੂੰ ਦਿਖਾਈ, ਆਹ ਕੰਮ ਚੱਲ ਰਿਹਾ ਆ, ਜਦੋਂ ਹੁਣ ਪੂਰਾ ਬਣੂੰਗਾ ਫਿਰ ਦਿਖਾ ਲਊਂਗਾ ਮੈਂ। ਹਾਲ ਦੀ ਘੜੀ ਤਾਂ ਇੱਦਾਂ ਦੀ ਗਰਮੀ ਬਹੁਤ ਹੈ, ਹਿਊਮਿਡਿਟੀ ਬਹੁਤ ਹੈ ਅੱਜ, ਅਤੇ ਮੀਂਹ ਨਹੀਂ ਪੈ ਰਿਹਾ ਚੱਜ ਨਾਲ, ਉਹਦੇ ਕਰਕੇ ਫਿਰ ਵੀ ਕੰਮ ਚੱਲ ਰਿਹਾ ਹੈ। ਚਲੋ ਤੁਹਾਨੂੰ ਨਾ ਮਿਲਦੇ ਹਾਂ ਫਿਰ ਕਿਸੇ ਹੋਰ ਵੀਡੀਓ 'ਚ। ਇਹ ਛੋਟੀ ਜਿਹੀ ਵੀਡੀਓ ਬਣਾਉਣੀ ਸੀ ਮੈਂ, ਪਹਿਲਾਂ ਮੈਂ ਸਵੇਰੇ ਆਉਣਾ ਸੀ, ਮੈਂ ਕੰਮ 'ਤੇ ਚਲ ਗਿਆ, ਜਦ ਮੈਨੂੰ ਪਤਾ ਲੱਗਾ ਵੀ ਇਹੋ ਇੱਦਾਂ ਦਾ ਕੁਛ ਹੋਇਆ ਇੱਥੇ, ਫਿਰ ਮੈਂ ਹੁਣ ਥੋੜ੍ਹੀ ਦੇਰ ਬਾਅਦ ਆਇਆ ਸੀ ਕੰਮ ਤੋਂ, ਮੈਂ ਕਿਹਾ ਲੈ ਆਵਾਂ, ਕਹਿੰਦੇ ਟੂਣਾ ਹੀ ਨਹੀਂ ਰੱਖਿਆ ਆ ਦਿਖਾਉਣ ਲਈ, ਬਹੁਤ ਬੰਦੇ ਦੇਖ ਕੇ ਗਏ ਆ ਕਿੱਦਾਂ ਦਾ, ਕਿਉਂਕਿ ਟੂਣਾ ਤੁਸੀਂ ਦੇਖ ਹੀ ਲਿਆ ਕਿਆ ਕਿਆ ਆ, ਕਿੰਨਾ ਕੁਛ ਆ। ਮਿਲਦੇ ਹਾਂ ਅਗਲੀ ਵੀਡੀਓ 'ਚ, ਰੱਬ ਰੱਖਾ।